ਅੰਮ੍ਰਿਤਸਰ ਦੀ ਚੇਟਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਵੱਲੋਂ ਲੁੱਟ-ਖਸੁੱਟ ਕਰਨ ਵਾਲੇ ਇੱਕ ਗਿਰੋਹ ਦਾ ਭੰਡਾਫੋੜ ਕੀਤਾ ਗਿਆ ਤੇ ਗਿਰੋਹ ਦੇ 3 ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਖੁਫੀਆ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਇੱਕ ਬਰੀਜ਼ਾ ਗੱਡੀ ਦੇ ਨਾਲ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਚੋਰਾਂ ਕੋਲੋਂ 32 ਬੋਰ ਦੀ ਪਿਸਟਲ ਤੇ 26 ਰਾਉਂਡ ਦੇ ਨਾਲ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ। 7 ਮਾਰਚ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ SHO ਸ਼ੈਟਾ ਰਾਜਵਿੰਦਰ ਕੌਰ ਨੂੰ ਮਿਲੀ। ਇਹਨਾਂ ਦੇ ਨਾਲ ASI ਜਸਪਾਲ ਸਿੰਘ, ਚੌਕੀ ਇੰਚਾਰਜ ਵਡਾਲੀ ਵੀ ਨਾਲ ਸੀਗੇ। ਇਮੀਡੀਏਟ ਇਹਨਾਂ ਨੂੰ ਪਤਾ ਲੱਗਿਆ ਕਿ ਇੱਕ ਗੱਡੀ ਜਾਲੀ ਨੰਬਰ ਲਗਾ ਕੇ PB08EC1303 ਬਰੀਜ਼ਾ ਕਾਰ ਵਾਈਟ ਕਲਰ, ਜਿਹੜੀ ਕਿ ਗੱਡੀ ਇੱਧਰੋਂ 3 ਉਹਦੇ 'ਚ ਨੌਜਵਾਨ ਨੇ ਅਤੇ ਗੱਡੀ ਗਮਟਾਲਾ ਸਾਈਡ ਤੋਂ ਕਾਲੇ ਘਨੂਪਰ ਨੂੰ ਆ ਰਹੀ। ਇਮੀਡੀਏਟ ਇਹਨਾਂ ਨੇ ਆਪਣੇ ਉੱਥੇ ਨਾਕਾ ਲਗਾ ਕੇ ਕਾਲੇ ਘਨੂਪਰ ਦੇ ਲਾਗੇ ਅਤੇ ਇਹ ਗੱਡੀ ਜਿਹੜੀ ਹੈ ਰੋਕ ਕੇ ਅਤੇ ਉਹ ਗੱਡੀ ਨੂੰ ਚੈੱਕ ਕੀਤਾ, ਜਿਹਦੇ 'ਚੋਂ 3 ਜਿਹੜੇ ਆ ਨੌਜਵਾਨ ਸੀਗੇ ਬੈਠੇ। ਉਹਦੇ ਵਿੱਚ ਇੱਕ ਦਾ ਨਾਂ ਸੀਗਾ ਅਭਿਸ਼ੇਕ ਰਾਏ, ਦੂਸਰੇ ਦਾ ਨਾਂ ਸੀ ਅਭਿਸ਼ੇਕ ਰਾਜ ਅਤੇ ਤੀਸਰਾ ਸੀਗਾ ਕਾਮਲ ਮਸੀਹ। ਇਹਨਾਂ ਤਿੰਨਾਂ ਦੀ ਤਲਾਸ਼ੀ ਲਈ, ਜਿਹੜਾ ਅਭਿਸ਼ੇਕ ਰਾਜ ਹੈ ਉਹਦੇ ਤਲਾਸ਼ੀ ਲੈਣ 'ਤੇ 1.30 ਬੋਰ ਦਾ ਪਿਸਟਲ ਅਤੇ 26 ਰਾਉਂਦ ਬਰਾਮਦ ਹੋਏ ਅਤੇ ਉਸ ਤੋਂ ਬਾਅਦ ਫਿਰ ਉਹਦੀ ਪੁੱਛਗਿੱਛ ਕੀਤੀ ਗਈ, ਜਿਹਦੇ 'ਚੋਂ ਇਹ ਗੱਲ ਪਤਾ ਲੱਗੀ ਕਿ ਜਿਹੜੀ ਬਰੀਜ਼ਾ ਕਾਰ ਹੈ ਇਹਨਾਂ ਨੇ ਖੋਹ ਕੀਤੀ ਸੀਗੀ ਮਜੀਠਾ ਪੁਲਿਸ ਸਟੇਸ਼ਨ ਤੋਂ ਕੱਥੂ ਨੰਗਲ ਬੈਰੀਅਰ ਤੋਂ ਥੋੜ੍ਹਾ ਅੱਗੇ, ਅਤੇ ਖੋਹ ਉੱਥੋਂ ਕੀਤੀ ਸੀਗੀ ਜੀ ਇਹ ਗੱਡੀ। ਅੱਗੇ ਨੈਕਸਟ ਅੱਗੇ ਸਾਡੇ ਕੋਲ ਦੋਸ਼ੀ ਜਿਹੜੇ ਰਿਮਾਂਡ ਦੇ ਹੈਗੇ ਆ ਅਤੇ ਅੱਗੇ ਪੁੱਛਗਿੱਛ ਸਾਡੀ ਜਾਰੀ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ ਪੰਜਾਬ।